ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਬਣ ਗਏ ਨੇ ਕੁਲੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸੂਟ ਕੇਸ ਚੱਕਿਆ ਹੋਇਆ ਕੁਲੀਆਂ ਦੀ ਤਰ੍ਹਾਂ ਜਿਹੜਾ ਸਮਾਨ ਇਹਨਾਂ ਨੇ ਚੱਕਿਆ ਔਰ ਬਿੱਲਾ ਨੰਬਰ ਵੀ ਉਹਨਾਂ ਨੇ ਲਗਾਇਆ ਬਾਹ ਦੇ ਉੱਪਰ ਔਰ ਤੁਹਾਨੂੰ ਦੱਸ ਦਈਏ ਕਿ ਅਮਤਾ ਵਚਨ ਦੇ ਵਾਂਗੂ ਬਿੱਲਾ ਨੰਬਰ ਜਿਹੜਾ ਮੋੜੇ ਦੇ ਉੱਪਰ ਲਾਇਆ ਔਰ ਸਟੇਸ਼ਨ ਤੇ ਪਹੁੰਚ ਕੇ ਰਾਹੁਲ ਗਾਂਧੀ ਨੇ ਸਮਾਨ ਵੀ ਚੱਕਿਆ ਤੇ ਕੁਲੀਆਂ ਦੇ ਨਾਲ ਸਮਾਂ ਵੀ ਬਤਾਇਆ ਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਅਮਤਾ ਵਚਨ ਵਾਂਗ ਜਿਹੜਾ ਫਿਲਮਾਂ ਦੇ ਵਿੱਚ ਜਿਵੇਂ ਉਹਨੇ ਕੁਲੀ ਦਾ ਰੋਲ ਕੀਤਾ ਸੀ ਉਸੇ ਤਰੀਕੇ ਦੇ ਨਾਲ ਲਾਲ ਕੱਪੜੇ ਜਿਹੜੇ ਰਾਹੁਲ ਗਾਂਧੀ ਨੇ ਪਾਏ ਔਰ ਉਸ ਤੋਂ ਬਾਅਦ ਕੁਲੀਆਂ ਦੇ ਵਿੱਚ ਗਏ ਬਿੱਲਾ ਨੰਬਰ ਵੀ ਲਾਇਆ ਤੇ ਸਮਾਨ ਵੀ ਜਿਹੜਾ ਉਹਨਾਂ ਨੇ ਚੱਕਿਆ ਪੈਸੇਂਜਰਾਂ ਦਾ ਤੁਹਾਨੂੰ ਦੱਸਦੀ ਏ ਕਿ ਜਿਵੇਂ ਗੋਵਿੰਦਾ ਦੀ ਕੁਰੀ ਨੰਬਰ 1 ਫਿਲਮ ਆਈ ਸੀ ਤੇ ਮਤਾ ਵਚਨ ਦੀ ਕੁਲੀ ਫਿਲਮ ਆਈ ਸੀ ਜਿਹਦੇ ਵਿੱਚ ਬਿੱਲਾ ਨੰਬਰ 786 ਤੁਹਾਨੂੰ ਯਾਦ ਹੋਣਾ ਹੈ ਤਾਂ ਹੁਣ ਰਾਹੁਲ ਗਾਂਧੀ ਨੇ ਜਿਹੜਾ ਕੁਲੀ ਦਾ ਰੂਪ ਧਾਰਨ ਕੀਤਾ ਈ ਲੱਗਦਾ ਤੁਹਾਨੂੰ ਕਿਸ ਤਰੀਕੇ ਦੇ ਨਾਲ ਇੱਕ ਸਿਆਸਤ ਕਰਨ ਦਾ ਕੋਈ ਤਰੀਕਾ ਹੈ ਜਾਂ ਫਿਰ ਮੁਸ਼ਕਲਾਂ ਸੁਣਨ ਦਾ ਵੀ ਇਹਨੂੰ ਆਪਾਂ ਇੱਕ ਤਰੀਕਾ ਕਹਿ ਸਕਦੇ ਹਾਂ ਕਿ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਉਹ ਕੁਲੀਆਂ ਦੇ ਵਿੱਚ ਗਏ ਨੇ ਤੇ ਉਹਨਾਂ ਦੀਆਂ ਕੀ ਕੀ ਮੁਸ਼ਕਲਾਂ ਨੇ ਉਹਨਾਂ ਨੂੰ ਉਹਨਾਂ ਨੇ ਧਿਆਨ ਨਾਲ ਸੁਣਿਆ ਤੇ ਉਹਨਾਂ ਦੇ ਹਾਲ ਬਾਰੇ ਸੋਚਣਗੇ ਤੇ ਜਿਸ ਤਰੀਕੇ ਦੇ ਨਾਲ ਫਿਲਮਾਂ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਮਤਾਬਚਨ ਨੂੰ ਬਿੱਲਾ ਨੰਬਰ 786 ਤੁਹਾਨੂੰ ਯਾਦ ਹੋਣਾ ਹੈ ਤਾਂ ਉਸੇ ਤਰੀਕੇ ਦੇ ਨਾਲ ਰਾਹੁਲ ਗਾਂਧੀ ਨੇ ਵੀ ਮੋੜ ਦੇ ਉੱਪਰ ਬਿੱਲਾ ਨੰਬਰ ਲਗਾਇਆ ਔਰ ਉਸ ਤੋਂ ਬਾਅਦ ਸਟੇਸ਼ਨ ਤੇ ਪਹੁੰਚੇ ਔਰ ਜਿਹੜਾ ਸੰਜੀਨਾ ਦਾ ਜਿਹੜਾ ਸਮਾਨ ਸੀਗਾ ਉਹ ਸਿਰ ਦੇ ਉੱਪਰ ਚੋਕੀ ਰਾਹੁਲ ਗਾਂਧੀ ਲੈ ਕੇ ਗਏ ਜਿਹੜਾ ਲਾਲ ਜਿਹੜੀ ਡਰੈਸ ਇੱਕ ਤਰੀਕੇ ਦੀ ਹੁੰਦੀ ਹੈ ਕੁਲੀਆਂ ਦੀ ਉਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਨੇ ਉਹ ਪਾਈ ਔਰ ਉਸ ਤੋਂ ਬਾਅਦ ਸਟੇਸ਼ਨ ਤੇ ਪਹੁੰਚੇ ਔਰ ਕੁਲੀਆਂਾਂ ਦੇ ਵਿੱਚ ਬੈਠ ਕੇ ਉਹਨਾਂ ਦੀਆਂ ਉਹਨਾਂ ਨਾਲ ਗੱਲਬਾਤ ਵੀ ਕੀਤੀ ਉਹਨਾਂ ਦੀਆਂ ਮੁਸ਼ਕਲਾਂ ਦਾ ਜਿਹੜਾ ਸਮਾਧਾਨ ਕਰਨ ਦੀ ਗੱਲ ਵੀ ਕਹੀ ਗਈ ਹੈ ਔਰ rahul gandhi ਨੂੰ ਇਸ ਨੂੰ ਲੈ ਕੇ ਟੋਲ ਵੀ ਕੀਤਾ ਜਾ ਰਿਹਾ ਹੈ bjp ਪਾਰਟੀ ਵੱਲੋਂ ਉਹਨਾਂ ਨੇ ਕਿਹਾ ਕਿ rahul gandhi ਹੁਣ ਪੱਕਾ ਹੀ ਕੋਈ ਸਟੇਸ਼ਨ ਲੱਭ ਲੈਣ ਤਾਂ ਉੱਥੇ ਜਿਹੜੀ ਇਹ ਡਿਊਟੀ ਫਰਕੁਲੀ ਦੀ ਪੱਕੇ ਤੌਰ ਤੇ ਕਰ ਲੈਣ ਤਾਂ ਇਸ ਤਰੀਕੇ ਨਾਲ rahul gandhi ਪਹਿਲਾਂ ਵੀ ਜਿਵੇਂ ਮੋਟਰਸਾਈਕਲ ਮਕੈਨਿਕ ਕਰਦੇ ਰਹੇ ਔਰ ਖੇਤਾਂ ਦੇ ਵਿੱਚ ਜਾਂਦੇ ਰਹੇ ਇਸ ਤਰੀਕੇ ਦੇ ਨਾਲ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਖਬਰਾਂ ਦੇ ਵਿੱਚ rahul gandhi ਬਣੇ ਰਹਿੰਦੇ ਆ ਕਾਂਗਰਸ ਪ੍ਰਧਾਨ rahul gandhi ਬਣ ਗਏ ਨੇ ਕੁਲੀ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸੂਟ ਕੇਸ ਚੱਕਿਆ ਹੋਇਆ ਕੁਲੀਆਂ ਦੀ ਤਰ੍ਹਾਂ ਜਿਹੜਾ ਸਮਾਨ ਇਹਨਾਂ ਨੇ ਚੱਕਿਆ ਔਰ ਬਿੱਲਾ ਨੰਬਰ ਵੀ ਉਹਨਾਂ ਨੇ ਲਗਾਇਆ ਬਾਹ ਦੇ ਉੱਪਰ ਔਰ ਤੁਹਾਨੂੰ ਦੱਸ ਦਈਏ ਕਿ ਅਮਤਾਬਚਨ ਦੇ ਵਾਂਗੂ ਬਿੱਲਾ ਨੰਬਰ ਜਿਹੜਾ ਮੋੜੇ ਦੇ ਉੱਪਰ ਲਾਇਆ ਔਰ ਸਟੇਸ਼ਨ ਤੇ ਪਹੁੰਚ ਕੇ ਰਾਹੁਲ ਗਾਂਧੀ ਨੇ ਸਮਾਨ ਵੀ ਚੱਕਿਆ ਤੇ ਕੁਲੀਆਂ ਦੇ ਨਾਲ ਸਮਾਂ ਵੀ ਬਤਾਇਆ ਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਅਮਤਾਬਚਨ ਵਾਂਗ ਜਿਹੜਾ ਫਿਲਮਾਂ ਦੇ ਵਿੱਚ ਜਿਵੇਂ ਉਹਨੇ ਕੁਲੀ ਦਾ ਰੋਲ ਕੀਤਾ ਸੀ ਉਸੇ ਤਰੀਕੇ ਦੇ ਨਾਲ ਲਾਲ ਕੱਪੜੇ ਜਿਹੜੇ ਰਾਹੁਲ ਗਾਂਧੀ ਨੇ ਪਾਏ ਔਰ ਉਸ ਤੋਂ ਬਾਅਦ ਕੁਲੀਨਾਂ ਦੇ ਵਿੱਚ ਗਏ ਬਿੱਲਾ ਨੰਬਰ ਵੀ ਲਾਇਆ ਤੇ ਸਮਾਨ ਵੀ ਜਿਹੜਾ ਉਹਨਾਂ ਨੇ ਚੱਕਿਆ ਪੈਸੰਜਰਾਂ ਦਾ ਤੁਹਾਨੂੰ ਦੱਸਦੀ ਏ ਕਿ ਜਿਵੇਂ ਗੋਵਿੰਦਾ ਦੀ ਕੁਰੀ ਨੰਬਰ 1 ਫਿਲਮ ਆਈ ਸੀ ਤੇ ਮਤਾ ਵਚਨ ਦੀ ਕੁਲੀ ਫਿਲਮ ਆਈ ਸੀ ਜਿਹਦੇ ਵਿੱਚ ਬਿੱਲਾ ਨੰਬਰ 786 ਤੁਹਾਨੂੰ ਯਾਦ ਹੋਣਾ ਹੈ ਤਾਂ ਹੁਣ ਰਾਹੁਲ ਗਾਂਧੀ ਨੇ ਜਿਹੜਾ ਕੁਲੀ ਦਾ ਰੂਪ ਧਾਰਨ ਕੀਤਾ ਈ ਲੱਗਦਾ ਤੁਹਾਨੂੰ ਕਿਸ ਤਰੀਕੇ ਦੇ ਨਾਲ ਇਹ ਇੱਕ ਸਿਆਸਤ ਕਰਨ ਦਾ ਕੋਈ ਤਰੀਕਾ ਹੈ ਜਾਂ ਫਿਰ ਮੁਸ਼ਕਲਾਂ ਸੁਣਨ ਦਾ ਵੀ ਇਹਨੂੰ ਆਪਾਂ ਇੱਕ ਤਰੀਕਾ ਕਹਿ ਸਕਦੇ ਹਾਂ ਕਿ ਰਾਹੁਲ ਗਾਂਧੀ ਤਾਂ ਕਹਣਾ ਹੈ ਕਿ ਉਹ ਕੁਲੀਆਂ ਦੇ ਵਿੱਚ ਗਏ ਨੇ ਤੇ ਉਹਨਾਂ ਦੀਆਂ ਕੀ ਕੀ ਮੁਸ਼ਕਲਾਂ ਨੇ ਉਹਨਾਂ ਨੂੰ ਉਹਨਾਂ ਨੇ ਧਿਆਨ ਨਾਲ ਸੁਣਿਆ ਤੇ ਉਹਨਾਂ ਦੇ ਹਾਲ ਬਾਰੇ ਸੋਚਣਗੇ ਤੇ ਜਿਸ ਤਰੀਕੇ ਦੇ ਨਾਲ ਫਿਲਮਾਂ ਦੇ ਵਿੱਚ ਤੁਸੀਂ ਦੇਖਿਆ ਹੀ ਹੋਣਾ ਮਤਾਬ ਵੱਚਨ ਨੂੰ ਬਿੱਲਾ ਨੰਬਰ 786 ਤੁਹਾਨੂੰ ਯਾਦ ਹੋਣਾ ਹੈ ਤਾਂ ਉਸੇ ਤਰੀਕੇ ਦੇ ਨਾਲ ਰਾਹੁਲ ਗਾਂਧੀ ਨੇ ਵੀ ਮੋੜ ਦੇ ਉੱਪਰ ਬਿੱਲਾ ਨੰਬਰ ਲਗਾਇਆ ਔਰ ਉਸ ਤੋਂ ਬਾਅਦ ਸਟੇਸ਼ਨ ਤੇ ਪਹੁੰਚੇ ਔਰ ਜਿਹੜਾ ਸੰਜਰਾ ਦਾ ਜਿਹੜਾ ਸਮਾਨ ਸੀਗਾ ਉਹ ਸਿਰ ਦੇ ਉੱਪਰ ਚੋਕ ਕੇ ਰਾਹੁਲ ਗਾਂਧੀ ਲੈ ਕੇ ਗਏ ਜਿਹੜਾ ਲਾਲ ਜਿਹੜੀ ਡਰੈਸ ਇੱਕ ਤਰੀਕੇ ਦੀ ਹੁੰਦੀ ਹੈ ਕੁਲੀਆਂ ਦੀ ਉਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਨੇ ਉਹ ਪਾਈ ਔਰ ਉਸ ਤੋਂ ਬਾਅਦ ਸਟੇਸ਼ਨ ਤੇ ਪਹੁੰਚੇ ਔਰ ਕੁਲੀਆਂ ਦੇ ਵਿੱਚ ਬੈਠ ਕੇ ਉਹਨਾਂ ਦੀ ਉਹਨਾਂ ਨਾਲ ਗੱਲਬਾਤ ਵੀ ਕੀਤੀ ਉਹਨਾਂ ਦੀਆਂ ਮੁਸ਼ਕਲਾਂ ਦਾ ਜਿਹੜਾ ਸਮਾਧਾਨ ਕਰਨ ਦੀ ਗੱਲ ਵੀ ਕਹੀ ਗਈ ਹੈ ਔਰ ਰਾਹੁਲ ਗਾਂਧੀ ਨੂੰ ਇਸ ਨੂੰ ਲੈ ਕੇ ਟੋਲ ਵੀ ਕੀਤਾ ਜਾ ਰਿਹਾ ਹੈ ਬੀਜੇਪੀ ਪਾਰਟੀ ਵੱਲੋਂ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਹੁਣ ਪੱਕਾ ਹੀ ਕੋਈ ਸਟੇਸ਼ਨ ਲੱਭ ਲੈਣ ਤਾਂ ਉੱਥੇ ਜਿਹੜੀ ਇਹ ਡਿਊਟੀ ਪਰ ਕੁਲੀ ਦੀ ਪੱਕੇ ਤੌਰ ਤੇ ਕਰ ਲੈਣ ਤਾਂ ਇਸ ਤਰੀਕੇ ਨਾਲ rahul gandhi ਪਹਿਲਾਂ ਵੀ ਜਿਵੇਂ ਮੋਟਰਸਾਈਕਲ ਮਕੈਨਿਕ ਕਰਦੇ ਰਿਹਾ ਔਰ ਖੇਤਾਂ ਦੇ ਵਿੱਚ ਜਾਂਦੇ ਰਿਹਾ ਇਸ ਤਰੀਕੇ ਦੇ ਨਾਲ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜਾ ਖਬਰਾਂ ਦੇ ਵਿੱਚ rahul gandhi ਬਣੇ ਰਹਿੰਦੇ ਆ